ਦੋਸਤੋ ਵਿਕਟੋਰੀਆ ਨੇ 2 ਦਿਨ ਪਹਿਲਾਂ 491 ਦਾ ਕ੍ਰਿਟੀਰੀਆ ਚੇਂਜ ਕੀਤਾ ਸੀ, ਜਿਹਦੇ ਵਿੱਚ ਉਹਨਾਂ ਨੇ ਜਿਹੜੇ ਵਿਕਟੋਰੀਆ ਦੇ ਰੀਸੈਂਟ ਗ੍ਰੈਜੂਏਟ ਸੀ ਉਹਨਾਂ ਲਈ 491 ਦੇ ਵਿੱਚ ਕੁਝ ਚੀਜ਼ਾਂ ਸੌਖੀਆਂ ਕੀਤੀਆਂ ਸੀ। ਬਟ ਉਸ ਤੋਂ ਬਾਅਦ ਉਹ ਕ੍ਰਿਟੀਰੀਆ ਡਿਲੀਟ ਹੋ ਗਿਆ ਵੈਬਸਾਈਟ ਤੋਂ, ਜਿਹਦੇ ਨਾਲ ਸਾਰਿਆਂ ਨੇ ਕਾਫੀ ਸਟ੍ਰੈਸ ਵਿੱਚ ਸੀ ਕਿ ਕੀ ਹੁਣ ਦੁਬਾਰਾ ਉਹ ਕ੍ਰਿਟੀਰੀਆ ਆਏਗਾ ਕਿ ਨਹੀਂ। ਪਰ ਅੱਜ ਵਿਕਟੋਰੀਆ ਨੇ ਦੁਬਾਰਾ ਆਪਣੀ ਵੈਬਸਾਈਟ ਅਪਡੇਟ ਕੀਤੀ ਹੈ, ਜਿਹਦੇ ਵਿੱਚ ਉਹਨਾਂ ਨੇ 491 ਦੀ ਇਹ ਗੱਲ ਕਨਫਰਮ ਕੀਤੀ ਹੈ ਕਿ ਅਗਰ ਤੁਸੀਂ ਵਿਕਟੋਰੀਆ ਦੇ ਵਿੱਚ ਰੀਸੈਂਟ ਗ੍ਰੈਜੂਏਟ ਹੋ, ਮਤਲਬ ਕਿ ਵਿਕਟੋਰੀਆ ਦੇ ਕਿਸੇ ਇੰਸਟੀਟਿਊਟ ਤੋਂ ਅਗਰ ਤੁਸੀਂ ਪੜ੍ਹੇ ਹੋਏ ਹੋ, ਨਾਲ ਦੀ ਨਾਲ ਅਗਰ ਤੁਸੀਂ 500 ਵੀਜ਼ਾ ਜਾਂ 485 ਵੀਜ਼ਾ ਹੋਲਡ ਕਰ ਰਹੇ ਹੋ, ਤਾਂ 491 ਦੀ ROI ਪਾਉਣ ਲਈ ਤੁਹਾਨੂੰ ਵਿਕਟੋਰੀਆ ਦੇ ਰੀਜਨਲ ਵਿੱਚ ਕੰਮ ਕਰਨਾ ਜ਼ਰੂਰੀ ਨਹੀਂ ਹੈ। ਨਾਲ ਦੀ ਨਾਲ ਹੀ ਤੁਹਾਡਾ ਵਿਕਟੋਰੀਆ ਦੇ ਰੀਜਨਲ ਵਿੱਚ ਵੀ ਰਹਿਣਾ ਜ਼ਰੂਰੀ ਨਹੀਂ ਹੈ, ਤੁਸੀਂ ਅਗਰ ਮੈਲਬਰਨ ਦੇ ਕਿਸੇ CBD ਸਬਰ ਵਿੱਚ ਵੀ ਰਹਿ ਰਹੇ ਹੋ ਤਾਂ ਤੁਸੀਂ 491 ਦੀ ROI ਪਾ ਸਕਦੇ ਹੋ। ਤਾਂ ਸ਼ਰਤਾਂ ਸਿੰਪਲ ਨੇ ਜੀ, ਤੁਸੀਂ ਵਿਕਟੋਰੀਆ ਦੀ ਇੰਸਟੀਟਿਊਟ ਤੋਂ ਪੜ੍ਹੇ ਹੋਵੋ, ਪਲੱਸ ਤੁਹਾਡਾ ਜਿਹੜਾ ਕਰੰਟ ਵੀਜ਼ਾ ਹੋਵੇ ਉਹ ਜਾਂ 485 ਹੋਵੇ ਜਾਂ ਸਟੂਡੈਂਟ ਵੀਜ਼ਾ। ਸੋ ਅਗਰ 491 ਦੇ ਇਸ ਚੇਂਜ ਕ੍ਰਿਟੀਰੀਆ ਬਾਰੇ ਤੁਸੀਂ ਫਰਦਰ ਜਾਣਕਾਰੀ ਚਾਹੁੰਦੇ ਹੋ ਜਾਂ ਆਪਣੀ ROI ਲਗਵਾਉਣਾ ਚਾਹੁੰਦੇ ਹੋ, ਤਾਂ ਤੁਸੀਂ ਬਾਜਵਾ ਇਮੀਗ੍ਰੇਸ਼ਨ ਨੂੰ ਕੰਟੈਕਟ ਕਰ ਸਕਦੇ ਹੋ ਜੀ। ਮੇਰਾ ਨਾਮ ਰਵੀ ਹੈ, ਮੈਨੂੰ ਤੁਸੀਂ ਥੋਮਸਨ ਬ੍ਰਾਂਚ ਵਿੱਚ ਆ ਕੇ ਮਿਲ ਸਕਦੇ ਹੋ। ਧੰਨਵਾਦ।